ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਮੋਸਟ ਸੇਲਿੰਗ ਐਸਯੂਵੀ ਇਨ ਇੰਡੀਆ ਮਹਿੰਦਰਾ ਸਕੋਰਪਿਓ ਐਸ 11 ਦੀਆਂ ਕੁਝ ਐਡਵਾਂਟੇਜਸ ਖੂਬੀਆਂ ਸੋ ਸਭ ਤੋਂ ਪਹਿਲਾਂ ਤਾਂ ਜਿਹੜੀ ਇਹਦੀ ਪਹਿਲੀ ਖੂਬੀ ਹੈ ਇਸਦੀ ਲੁੱਕ ਜੋ ਕੰਪਲੀਟ ਚੇਂਜ ਕਰ ਦਿੱਤੀ ਗਈ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਜੋ ਪਹਿਲੀ ਸਕੋਰਪਿਓ 2000 12 13 ਜਾਂ 14 ਦੇ ਵਿੱਚ ਆਈ ਸੀ ਉਹਦੇ ਤੋਂ ਲੁੱਕ ਹੁਣ ਬਹੁਤ ਹੀ ਜ਼ਿਆਦਾ ਚੇਂਜ ਕੀਤੀ ਗਈ ਹੈ ਤੇ ਇਹਦਾ ਅਗਲੇ ਪੁਆਇੰਟ ਦੇ ਵਿੱਚ ਦੱਸਦੇ ਹਾਂ ਕਿ ਇਹਦਾ ਜੋ ਇੰਟੀਰੀਅਰ ਹੈ ਇੰਟੀਰੀਅਰ ਵੀ ਟੋਟਲੀ ਚੇਂਜ ਕਰ ਦਿੱਤਾ ਗਿਆ ਕਿਉਂਕਿ ਜੋ ਪਹਿਲੀ ਸਕੋਰਪੀਓ ਦਾ ਇੰਟੀਰੀਅਰ ਦੇਖਣ ਨੂੰ ਵੀ ਕੁਝ ਇਨਾ ਖਾਸ ਨਹੀਂ ਸੀ ਲੱਗਦਾ ਪਰ ਜੋ ਹੁਣ ਵਾਲੀ ਸਕੋਰਪੀਓ ਦਾ ਇੰਟੀਰੀਅਰ ਬਹੁਤ ਹੀ ਵਧੀਆ ਲੱਗਦਾ ਹੈ ਦੇਖਣ ਨੂੰ ਵੀ ਤੇ ਬਾਕੀ ਗੱਡੀ ਦੀ ਓਵਰਆਲ ਜੋ ਜੇ 3rd ਪੁਆਇੰਟ ਦੀ ਗੱਲ ਕੀਤੀ ਜਾਏ ਤਾਂ ਗੱਡੀ ਦੀ ਜੋ ਪਰਫਾਰਮੈਂਸ ਹੈ ਪਰਫਾਰਮੈਂਸ ਵੀ ਇਨਹਾਂਸ ਕੀਤੀ ਗਈ ਹੈ ਅੱਗੇ ਨੂੰ ਕਿਉਂਕਿ ਇਸ ਦੇ ਵਿੱਚ ਹੁਣ ਜੋ ਇੰਜਣ ਆਉਂਦਾ ਉਹ ਐਮ ਹੌਕ 140 BHP ਪਾਵਰ ਦਾ ਇੰਜਣ ਆਉਂਦਾ ਹੈ ਤੇ ਇਹ ਗੱਡੀ ਆਪਾਂ ਨੂੰ 2-ਵਰਡ ਦੇ ਵਿੱਚ ਤੇ 4-ਵਰਡ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਜੋ ਕਿ ਕਸਟਮਰ ਆਪਣੀ ਡਿਮਾਂਡ ਦੇ ਹਿਸਾਬ ਨਾਲ ਜਾਂ 2-ਵਰਡ ਜਾਂ 4-ਵਰਡ ਦੋਵਾਂ ਨੂੰ ਚੂਜ਼ ਕਰ ਸਕਦਾ ਹੈ ਥਰਡ ਪਾਣ ਜੋ ਹੈ ਇਸਦੀ सस्पेंशन ਜੋ ਕਿ ਬਹੁਤ ਹੀ ਜ਼ਿਆਦਾ ਇੰਪਰੂਵ ਕੀਤੀ ਗਈ ਹੈ ਕਿਉਂਕਿ ਕੁਝ ਲੋਕਾਂ ਦਾ opinion ਸੀ ਕਿ ਜਿਵੇਂ ਕਿ 올ਡ ਸਕੋਰਪੀਓ 2012 13 ਜਾਂ 14 ਮਾਡਲ ਸੀ ਉਹਦੇ ਵਿੱਚ ਥੋੜੇ ਲੋਕ ਡਿਸਪਾਇੰਟ ਸੀ ਕਿ ਦੀ ਸਸਪੈਂਸ਼ਨ ਸਹੀ ਨਹੀਂ ਹੈ ਤੇ ਗੱਡੀ ਬੈਲੈਂਸ ਟੇ ਵਿੱਚ ਨਹੀਂ ਸੀ ਰਹਿੰਦੀ ਪਰ ਹੁਣ ਦੇ ਟਾਈਮ ਦੀ ਜੇ ਸਕੋਰਪੀਆ ਦੀ ਗੱਲ ਕੀਤੀ ਜਾਵੇ 2021 ਦੀ ਤਾਂ ਇਸ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪਰੂਵ ਕਰ ਦਿੱਤਾ ਗਿਆ ਹੈ ਹੁਣ ਗੱਲ ਕਰਦੇ ਹਾਂ ਅਸੀਂ ਚੌਥੇ ਪ੍ਰੋਸ ਦੀ ਇਸ ਗੱਡੀ ਦੀ ਜੋ ਮਾਰਕੀਟ ਵੈਲਿਊ ਹੈ ਉਹ ਵੀ ਬਹੁਤ ਹੀ ਵਧੀਆ ਹੋ ਚੁੱਕੀ ਹੈ ਅੱਜ ਦੇ ਟਾਈਮ 'ਚ ਕਿਉਂਕਿ 2012 ਜਾਂ 13 ਦੇ ਵਿੱਚ ਉਦੋਂ ਇਹਦਾ ਇੱਕ ਦੌਰ ਆਇਆ ਸੀ ਉਸ ਤੋਂ ਬਾਅਦ ਹੁਣ 20 19 ਤੋਂ ਲੈ ਕੇ 2021 ਤੱਕ ਬਹੁਤ ਹੀ ਜ਼ਿਆਦਾ ਸੇਲ ਹੋ ਰਹੀ ਹੈ ਤੁਸੀਂ ਯਕੀਨ ਨਹੀਂ ਮੰਨ ਲੂਗੇ ਕਿ ਇਹ ਗੱਡੀ ਇੱਕ ਮਹੀਨੇ ਦੇ ਵਿੱਚ 7-7 8-8000 ਯੂਨਿਟ ਸੇਲ ਹੋ ਰਹੇ ਨੇ ਇਸ ਗੱਡੀ ਦੇ ਯੰਗਸਟਰ ਵੱਲੋਂ ਇਹਨੂੰ ਬਹੁਤ ਹੀ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ ਤੇ ਦਿੱਲੀ ਜੇ ਅਸੀਂ ਦੇਖੀਏ ਤਾਂ ਗੱਡੀ ਦੇ 14-15 ਪੀਸ ਆਲਮੋਸਟ ਸੇਲ ਹੋ ਜਾਂਦੇ ਨੇ ਤੇ ਇਸ ਤੇ ਜੋ ਬਲੈਕ ਕਲਰ ਦੀ ਡਿਮਾਂਡ ਬਹੁਤ ਜ਼ਿਆਦੀ ਹੈ ਇਸ ਦੇ ਵਿੱਚ ਬਲੈਕ ਕਲਰ ਵਾਈਟ ਕਲਰ ਤੇ ਰੈੱਡ ਕਲਰ ਤੇ ਇਸ ਦੇ ਵਿੱਚ ਜੋ ਆਉਂਦੇ ਹਨ ਤੇ ਬਟ ਜੋ ਯੰਗਸਟਰ ਦੀ ਪਸੰਦ ਹੈ ਉਹ ਮੋਸਟਲੀ ਬਲੈਕ ਕਲਰ ਤੇ ਉਹ ਬਲੈਕ ਕਲਰ ਨੂੰ ਹੀ ਚੂਸ ਕਰਦੇ ਸਨ ਸੋ ਇਹ ਸੀ ਅੱਜ ਦੀ ਵੀਡੀਓ ਅਗਲੀ ਵੀ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਕੁਝ ਇਸ ਗੱਡੀ ਦੀਆਂ ਖਾਮੀਆਂ ਕਿਉਂਕਿ ਜਿਹੜੇ ਚੀਜ਼ ਦੇ ਐਡਵਾਂਟੇਜਸ ਵੀ ਹੁੰਦੇ ਹਨ ਤੇ ਉਹਦੇ ਡਿਸਐਡਵਾਂਟੇਜਸ ਵੀ ਹੁੰਦੇ ਹਨ ਸੋ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਥੈਂਕ ਯੂ